ओम नमो शिवाय। श्री शिव पुराण तीजा खंड अध्याय 45। ब्रह्मा जी ने कहा, हे नारद, इस हालत नु देख के हिमाचल दे परिवार दे सब लोग अते नगर निवासी बहुत व्याकुल होए। देवता भी आपस विच ए कहन लगे कि करदे होए ए की हो गया। तद सब स्त्री पुरखा ने भगवान सदा शिव दा ध्यान करके इस तरह प्रार्थना कीती, हे प्रभु, तुसी जो कुछ कीती ओ सब लोकां लई शुभ होवे। गिरजा भी बहुत उदास हो के शिव जी दी भक्ति करन लगी। उस समय गिरजा दी चिंता देख के शिव जी ने सत ऋषियां नू याद कीता। शिव जी दी आज्ञा मनन लई ओ छेती ही आ पुज्जे। ओ अपने शरीर ते भस्म लगा के बैठे सन ਅਤੇ ਹੱਥਾਂ ਵਿੱਚ ਮਾਲਾ ਫੜੀ ਹੋਈ ਸੀ। ਉਹ ਆਪਣੇ ਮੂੰਹੋਂ ਸ਼ਿਵ ਸ਼ਿਵ ਦਾ ਜਾਪ ਕਰ ਰਹੇ ਸਨ। ਉਹਨਾਂ ਦੇ ਆਉਂਦੇ ਹੀ ਸ਼ਿਵ ਜੀ ਨੇ ਪ੍ਰਣਾਮ ਕੀਤਾ। ਉਸ ਦੇ ਬਾਅਦ ਹੱਥ ਜੋੜ ਕੇ ਬੇਨਤੀ ਕਰਦੇ ਹੋਏ ਕਹਿਣ ਲੱਗੇ, ਹੇ ਪ੍ਰਭੂ, ਤੁਸੀਂ ਸਾਨੂੰ ਕੀ ਆਗਿਆ ਦਿੰਦੇ ਹੋ? ਇਹ ਸੁਣ ਕੇ ਸ਼ਿਵ ਜੀ ਨੇ ਉੱਤਰ ਦਿੱਤਾ, ਹੇ ਰਿਸ਼ੀਓ, ਤਾਰਕ ਦੈਂਤ ਦੇ ਸੰਹਾਰ ਨਾਸ਼ ਲਈ ਅਸੀਂ ਗਿਰਜਾ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਹੈ। ਹੁਣ ਉਹ ਸਮਾਂ ਨੇੜੇ ਹੈ, ਸੋ ਤੁਸੀਂ ਹਿਮਾਚਲ ਕੋਲ ਜਾ ਕੇ ਉਹਨਾਂ ਨੂੰ ਅਤੇ ਉਹਨਾਂ ਦੀ ਇਸਤਰੀ ਨੂੰ ਸਾਡੇ ਵਿਆਹ ਦੇ ਲਈ ਕਹੋ। ਹੇ ਨਾਰਦ, ਇਹ ਸੁਣ ਕੇ ਸੱਤ ਰਿਸ਼ੀ ਬਹੁਤ ਖੁਸ਼ ਹੋ ਕੇ ਲਗਾਤਾਰ ਇਹ ਕਹਿਣ ਲੱਗੇ ਕਿ ਸਾਡੇ ਧੰਨ ਭਾਗ ਹਨ ਜੋ ਦੁਨੀਆ ਦਾ ਉਪਕਾਰ ਕਰਨ ਲਈ ਸ਼ਿਵ ਜੀ ਆਪਣੇ ਵਿਆਹ ਦਾ ਸੁਨੇਹਾ ਪਹੁੰਚਾਉਣ ਲਈ ਸਾਨੂੰ ਹਿਮਾਚਲ ਕੋਲ ਭੇਜ ਰਹੇ ਹਨ। ਇਸ ਤਰ੍ਹਾਂ ਕਹਿ ਕੇ ਉਹ ਹਿਮਾਚਲ ਕੋਲ ਜਾ ਪੁੱਜੇ। ਹਿਮਾਚਲ ਨੇ ਉਹਨਾਂ ਨੂੰ ਚੁੱਕ ਕੇ ਪ੍ਰਣਾਮ ਕਰਨ ਦੇ ਬਾਅਦ ਆਉਣ ਦਾ ਕਾਰਨ ਪੁੱਛਿਆ। ਉਸ ਸਮੇਂ ਸੱਤ ਰਿਸ਼ੀਆਂ ਨੇ ਉੱਤਰ ਦਿੱਤਾ, ਹੇ ਹਿਮਾਚਲ, ਸ਼ਿਵ ਜੀ ਸਾਰੀ ਦੁਨੀਆ ਦੇ ਪਿਤਾ ਹਨ ਅਤੇ ਗਿਰਜਾ ਸਭ ਦੀ ਮਾਤਾ ਹਨ। ਦੁਨੀਆ ਦੇ ਕਲਿਆਣ ਲਈ ਸ਼ਿਵ ਜੀ ਗਿਰਜਾ ਨਾਲ ਵਿਆਹ ਕਰਨਾ ਚਾਹੁੰਦੇ ਹਨ, ਸੋ ਤੁਸੀਂ ਗਿਰਜਾ ਦਾ ਵਿਆਹ ਸ਼ਿਵ ਜੀ ਨਾਲ ਕਰ ਦਿਓ। ਇਸ ਸੰਬੰਧ ਵਿੱਚ ਸ਼ਿਵ ਜੀ ਨੂੰ ਬ੍ਰਹਮਾ ਜੀ ਨੇ ਬਹੁਤ ਬੇਨਤੀ ਕੀਤੀ ਸੀ ਅਤੇ ਗਿਰਜਾ ਨੇ ਵੀ ਕਠੋਰ ਤਪੱਸਿਆ ਕਰਕੇ ਉਹਨਾਂ ਨੂੰ ਖੁਸ਼ ਕੀਤਾ ਹੈ, ਤਾਂ ਹੀ ਸ਼ਿਵ ਜੀ ਇਹ ਵਿਆਹ ਕਰਨ ਲਈ ਪੇਸ਼ ਹੋਏ ਹਨ। ਜਿਸ ਸਮੇਂ ਸੱਤ ਰਿਸ਼ੀ ਹਿਮਾਚਲ ਨਾਲ ਇਸ ਤਰ੍ਹਾਂ ਦੀ ਗੱਲ ਕਰ ਰਹੇ ਸਨ, ਉਸ ਸਮੇਂ ਅਗਸਤਿਆ ਰਿਸ਼ੀ ਦੀ ਪਤਨੀ ਲੋਪਾ ਮੁਦਰਾ ਅਤੇ ਵਸ਼ਿਸ਼ਠ ਮੁਨੀ ਦੀ ਪਤਨੀ ਰੂਪਵਤੀ ਵੀ ਮੈਨਾ ਕੋਲ ਪਹੁੰਚ ਗਈਆਂ। ਉਹਨਾਂ ਨੇ ਦੇਖਿਆ ਕਿ ਮੈਨਾ ਮਹਾਮੈਲੇ ਕੱਪੜੇ ਪਾ ਕੇ ਬਹੁਤ ਦੁਖੀ ਹੋ ਕੇ ਕੋਪ ਭਵਨ ਦੇ ਅੰਦਰ ਧਰਤੀ 'ਤੇ ਪਈ ਸੀ। ਇਹ ਦੇਖ ਕੇ ਉਹਨਾਂ ਨੇ ਮੈਨਾ ਨੂੰ ਕਿਹਾ, ਹੇ ਮੈਨਾ, ਤੁਸੀਂ ਉੱਠ ਕੇ ਸਾਡੀ ਗੱਲ ਸੁਣੋ। ਰਿਸ਼ੀ ਪਤਨੀਆਂ ਨੂੰ ਦੇਖ ਕੇ ਮੈਨਾ ਉਸੇ ਵੇਲੇ ਉੱਠ ਕੇ ਬੈਠੀ ਅਤੇ ਕਹਿਣ ਲੱਗੀ, ਮੇਰੇ ਧੰਨ ਭਾਗ ਹਨ ਜੋ ਤੁਸੀਂ ਇੱਥੇ ਆ ਕੇ ਮੇਰੇ ਉੱਤੇ ਕਿਰਪਾ ਕੀਤੀ ਹੈ। ਤੁਸੀਂ ਮੈਨੂੰ ਕੋਈ ਆਗਿਆ ਦੇਣ ਦੀ ਕਿਰਪਾ ਕਰੋ। ਇਹ ਸੁਣ ਕੇ ਅਰੁੰਧਤੀ ਨੇ ਕਿਹਾ, ਹੇ ਮੈਨਾ, ਦੇਖੋ, ਹਿਮਾਚਲ ਗਿਰਜਾ ਦਾ ਵਿਆਹ ਸ਼ਿਵ ਜੀ ਨਾਲ ਕਰਨਾ ਚਾਹੁੰਦੇ ਹਨ। ਤੁਸੀਂ ਇਸ ਤੋਂ ਦੁਖੀ ਕਿਉਂ ਹੋ? ਕੀ ਤੁਸੀਂ ਸ਼ਿਵ ਜੀ ਨੂੰ ਨਹੀਂ ਪਛਾਣਦੇ ਕਿ ਉਹ ਤਿੰਨਾਂ ਲੋਕਾਂ ਦੇ ਸਵਾਮੀ ਹਨ ਅਤੇ ਸਭ ਤੋਂ ਉੱਚੇ ਭਾਵ ਉੱਚ ਹਨ? ਇਸ ਸ਼ਿਵ ਜੀ ਦੀ ਮਹਿਮਾ ਦਾ ਬਹੁਤ ਕੁਝ ਵਰਣਨ ਕਰਨ ਦੇ ਬਾਅਦ ਦੇਵੋ ਰਿਸ਼ੀ ਇਸਤਰੀਆਂ ਮੈਨਾ ਨੂੰ ਨਾਲ ਲੈ ਕੇ ਹਿਮਾਚਲ ਦੀ ਸਭਾ ਵਿੱਚ ਗਈਆਂ। ਉੱਥੇ ਪਹੁੰਚ ਕੇ ਮੈਨਾ ਨੇ ਸੱਤ ਰਿਸ਼ੀਆਂ ਨੂੰ ਪ੍ਰਣਾਮ ਕੀਤਾ। ਫਿਰ ਉਹ ਆਪਣੇ ਪਤੀ ਦੇ ਚਰਨਾਂ ਵਿੱਚ ਧਿਆਨ ਕਰਦੀ ਹੋਈ ਅਰੁੰਧਤੀ ਕੋਲ ਬੈਠ ਗਈ। ਉਸ ਸਮੇਂ ਸੱਤ ਰਿਸ਼ੀਆਂ ਨੇ ਹਿਮਾਚਲ ਨੂੰ ਇਸ ਤਰ੍ਹਾਂ ਕਿਹਾ। ਇਤੀ ਅਧਿਆਇ 45 ਸਮਾਪਤ।